ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ। ਅੱਜ ਆਪਾਂ ਲੈ ਕੇ ਆਏ ਹਾਂ ਜੀ 265 ਬਿਨਾਂ ਜੈਕ ਤੋਂ ਪਾਵਰ ਸਟੀਅਰਿੰਗ। ਇਹਨੂੰ ਇਹ ਆਪਾਂ ਪਾਵਰ ਸਟੀਅਰਿੰਗ ਵਾਲਾ ਪੰਪ ਲਗਾਇਆ ਹੋਇਆ ਜੀ। ਇਹ ਪਹਿਲਾ ਪੰਪ ਲਿਫਟ ਹੈ ਜੀ, ਸੈਕਿੰਡ ਪੰਪ ਆਪਣਾ ਪਾਵਰ ਸਟੀਅਰਿੰਗ ਦਾ। ਇਹਦੀ ਪਾਈਪਾਂ ਦੀ ਫਿਟਿੰਗ ਆ। ਇਹਦਾ ਬੈਨੀਫਿਟ ਇਹ ਹੈ ਜੀ ਕਿ ਇਹ ਤੁਹਾਡਾ ਟਰੈਕਟਰ ਜੇ ਬੰਦ ਆ ਤਾਂ ਵੀ ਇਹ ਵਰਕਿੰਗ ਦੇ ਵਿੱਚ ਰਹੂਗਾ, ਔਰ ਆਹ ਬਿਲਕੁਲ ਸਲੋ ਆਰ ਪੀ ਐੱਮ ਆ। ਇਸ ਜਗ੍ਹਾ 'ਤੇ ਸਟੀਅਰਿੰਗ ਵਾਂਗ ਹੀ ਸਟੀਅਰਿੰਗ ਫਿੱਟ ਹੁੰਦਾ, ਜੇਡਫ ਕੰਪਨੀ ਦਾ ਸਟੀਅਰਿੰਗ ਆ। ਇਹਦੀ ਕਟਾਈ ਦੇਖੋ ਸਲੋ ਆਰ ਪੀ ਐੱਮ ਦੇ ਉੱਤੇ। ਸਿਰਫ 600 ਆਰ ਪੀ ਐੱਮ ਹੈ ਜੀ ਇਹਦੇ। ਇਹ ਸਟੀਅਰਿੰਗ ਸਵਰਾਜ 735 ਐਂਡ ਆਇਸ਼ਰ 241-42 ਵਿੱਚ ਕੰਪਨੀ ਫਿਟਡ ਆਉਂਦਾ ਜੀ, ਔਰ ਇਹ ਬਹੁਤ ਹੀ ਰਿਲੇਬਲ ਚੀਜ਼ ਹੈ ਜੀ। ਇਹਦੀ ਰਿਪੇਅਰ ਬਹੁਤ ਘੱਟ ਹੋਊਗੀ, ਕੋਈ ਲੀਕੇਜ ਦੀ ਸਮੱਸਿਆ ਨਹੀਂ, ਕੋਈ ਕਟਾਈ ਦੀ ਸਮੱਸਿਆ ਨਹੀਂ। ਤੁਹਾਡਾ ਟਰੈਕਟਰ ਬੰਦਾ ਤਾਂ ਵੀ ਈਜ਼ੀ ਕਟਾਈ ਕਰੂਗਾ, ਚੱਲਦੇ ਤਾਂ ਕਰਨੀ ਹੈ ਜੀ। ਅਤੇ ਬਾਕੀ ਕਿਸੇ ਵੀ ਟਰੈਕਟਰ ਨੂੰ ਤੁਸੀਂ ਫਿਟਿੰਗ ਕਰਵਾਉਣੀ ਚਾਹੁੰਦੇ ਹੋ, ਕੋਈ ਮਹਿੰਦਰਾ ਸਵਰਾਜ ਆ, ਫਾਰਮ ਟਰੈਕ ਆ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡਾ ਕੰਟੈਕਟ ਨੰਬਰ ਹੈਗਾ ਜੀ 9781100028, 9755900028। ਐਡਰੈਸ ਆਪਣਾ ਹੈਗਾ ਜੀ ਤਲਵੰਡੀ ਭਾਈ ਰੋਡ ਨੀਅਰ ਗੁਰਦੁਆਰਾ ਸਾਹਿਬ ਗੋਗੋਣੀ, ਤਹਿਸੀਲ ਜ਼ੀਰਾ, ਡਿਸਟ੍ਰਿਕਟ ਫਿਰੋਜ਼ਪੁਰ, ਪੰਜਾਬ। ਓਕੇ ਜੀ।